लो भी वीडियो देख रहे दोस्तों का बहुत बहुत धन्यवाद जी। मिस्त्री मैं तेरे वालों सारे वीरों सत श्रीकाल। ट्रैक्टर आया ये अपने को जय सिंह तो PV03AC 3636 नंबर है भाई। बड़ा शौकी बंदा यार। बैंपर देखो घोड़ा बैंपर लग्या हुआ तो लगे भी बबलू कलसी ना। तो बबलू कलसी की टंगेड़ सू पता भी हरेक बंदा झल नहीं सकता है ना। तो यह अज तो अपने को 2 साल पहला है ना, 1.5-2 साल पहला ब्रेकों वास्ते नंबर लवाया सी इन्होंने। जमन नवा ट्रैक्टर देखो कि मॉडल भाई है ये भाई। 11 11 मॉडल आया। 11 मॉडल नहीं यार। नहीं नहीं 11 ही है। गप मारदा नहीं 11 मॉडल है भाई। ये तो यार ऐ लगता जिवें 15-22-23 मॉडल होंगे यार। नहीं नहीं 11 मॉडल है भाई। ਰਾਏ ਕਰ ਲੈ ਇੱਕ ਵਾਰੀ ਘਰੇ ਫੇਰ। ਹਾਂ 11 ਬਈ 11 ਮਾਡਲ ਟਰੈਕਟਰ ਆ ਯਾਰ। ਤੇ ਭਾਂ ਦਾ ਜਮਾ ਕੋਕਾ ਵੀ ਸੀ ਪਿਆ ਯਾਰ ਬਈ। ਦੇਖੋ ਯਾਰ ਨਜ਼ਰ ਵੀ ਨਾ ਲੱਗ ਜੇ ਭਰਾਵਾ। ਥੂ ਤੇ ਫਾਰਮ ਟਰੈਕ 30 ਆ ਹੈਨਾ। ਤੇ ਬਈ ਜਮਾ ਕਿਤੇ ਝਰੀਟ ਨਹੀਂ ਲੱਗਣ ਦਿੰਦਾ ਬਈ। ਬਾਹਲੇ ਸ਼ੌਂਕ ਨਾਲ ਰੱਖਦਾ। ਤੇ ਇਹਦੇ ਹੁਣ ਬੈਂਟਰੀ ਬਕਸਾ ਉਹ ਪਹਿਲਾਂ 30 ਵਾਲਾ ਫਾਰਮ ਆ ਇਹ ਛੋਟਾ ਲੱਗਿਆ ਹੁੰਦਾ ਇਹਨਾਂ ਦੇ ਬਾਈ। ਉਹਨਾਂ ਯਾਰ ਸਿਆਲ 'ਚ ਔਖਾ ਜਿਹਾ ਕਰਦਾ ਥੋੜ੍ਹਾ ਜਿਹਾ। ਛੋਟੀ ਬੈਟਰੀ ਵੱਡੀ ਧਰਾਉਣੀ ਆ। ਅਤੇ ਇਹਨਾਂ ਨੇ ਬ੍ਰੇਕਾਂ ਵਾਸਤੇ ਆਪਣੇ ਕੋਲ ਨੰਬਰ ਲਵਾਇਆ ਸੀਗਾ। ਅਤੇ ਇਹਨਾਂ ਦੀ ਜਦੋਂ ਵਾਰੀ ਆਈ ਤਾਂ ਟਰੈਕਟਰ ਲਿਆਏ ਆਪਣੇ ਕੋਲ। ਟਰੈਕਟਰ ਲਿਆਏ ਤਾਂ ਮੈਂ ਵੀ ਦੇਖ ਕੇ ਮਹਾਂ ਯਾਰ ਟਰੈਕਟਰ ਨਵਾਂ ਪਤਾ ਅੰਦਰੋਂ ਕੀ ਹੋ ਗਿਆ ਇਹਨੂੰ ਐਂ। ਕਹਿੰਦਾ ਬਾਈ ਇਹਨੇ ਤਾਂ ਤਪਾ ਹੀ ਮਾਰਿਆ ਜਮਾਂ ਦਾ ਜਿੱਦੇ ਲੈ ਕੇ ਆਏ ਸੀਗੇ। ਕਹਿੰਦਾ ਅਤੇ ਆਉਂਦੇ ਆਉਂਦੇ ਬ੍ਰੇਕ ਗਰਮ ਕਰਤੇ ਸੀਗੇ ਅਤੇ ਏਜੰਸੀ ਵਾਲਿਆਂ ਦਾ ਮਗਰ ਆ ਕੇ ਖੋਲ੍ਹ ਕੇ ਸੈੱਟ ਕਰਕੇ ਗਏ ਕਹਿੰਦਾ। ਅਤੇ ਬਸ ਬ੍ਰੇਕਾਂ ਦੀ ਸੈਟਿੰਗ ਹੀ ਨਹੀਂ ਆਈ ਉਦੋਂ ਬਾਅਦ। ਇਹਨਾਂ ਨੇ ਜਦੋਂ ਨੰਬਰ ਲਵਾ ਤਾ ਤਾਂ ਮੇਰੇ ਕੋਲ ਲਿਆਏ ਤੇ ਮੈਂ ਯਾਰ ਨਵਾਂ ਟਰੈਕਟਰ ਆ ਖੋਲ੍ਹਣ ਨੂੰ ਜੀ ਨਹੀਂ ਕੀਤਾ ਹੈ ਨਾ। ਅਤੇ ਫਿਰ ਇਹਨੂੰ ਮੈਂ ਬਾਈ ਨੂੰ ਹੱਸਣ ਲੱਗ ਗਿਆ। ਮੈਂ ਯਾਰ ਵੀ ਆਪਾਂ 5 ਦਿਨਾਂ ਦੀ ਦਵਾਈ ਨਾ ਦੇ ਕੇ ਦੇਖ ਲਈਏ ਪਹਿਲਾਂ। ਬਾਈ ਨੂੰ 5 ਦਿਨਾਂ ਦੀ ਦਵਾਈ ਦਿੱਤੀ ਸੀਗੀ ਅਤੇ 5 ਦਿਨਾਂ ਦੇ ਵਿੱਚ ਇਹਦੀ ਪੂਰੀ ਰਿਕਵਰੀ ਹੋ ਗਈ। ਬਹੁਤ ਵਧੀਆ ਚੱਲ ਰਹੇ ਆ ਅੱਜ ਵੀ, ਬਹੁਤ ਵਧੀਆ ਚੱਲ ਰਹੇ ਆ ਬ੍ਰੇਕ। ਅਤੇ ਬਾਈ ਨੇ ਸਮਾਨ ਲੈ ਕੇ ਆਉਂਦਾ ਈ ਟੋਪ ਦਾ। ਦੇਖੋ ਬਾਈ ਇਹਦਾ ਯਾਰ ਦੇਸੀ ਜੇ ਮਿਲੀ ਜਾਂਦੇ ਆ ਉਹ ਆਪਾਂ ਨੂੰ ਕੁਵਾੜੀਆਂ ਕੁਕੜੀਆਂ ਕੋਲ ਆਉਂਦੇ ਹੈ ਨਾ, ਆਪਣੇ ਫਿੱਟ ਨਹੀਂ ਆਉਂਦਾ ਹੈ ਨਾ। ਅਤੇ ਆਹ ਦੇਖੋ ਟਾਪਾ ਲਾ ਲਈ ਫਿਰਦਾ ਬਾਈ। ਅਤੇ ਆਹ ਬਾਈ ਆ ਜਿਹੜਾ ਸ਼ੌਂਕੀ ਆ, ਬੜਾ ਸ਼ੌਂਕੀ ਬਾਈ। ਬਾਈ ਕੀ ਹਾਲ ਹੈ? ਵਧੀਆ ਬਾਈ। ਅਤੇ ਬਾਈ ਆਪਣਾ ਨਾਂ ਦੱਸਿਓ ਭਲਾ। ਮੇਰਾ ਨਾਂ ਵਿਕਾਸ਼ਪਾਲ ਬਾਈ। ਠੀਕ ਹੈ, ਜਿਹੜਾ ਅਵੀ ਫਾਰਮ ਲਿਖਿਆ ਹੈ ਨਾ। ਹਾਂ ਹਾਂ ਬਾਈ, ਅਵੀ ਫਾਰਮ। ਠੀਕ ਆ। ਅਤੇ ਜਿਹੜੇ ਉਹ ਬ੍ਰੇਕ ਆਪਾਂ ਮੰਨ ਲਓ ਕੀ ਕਰਿਆ ਸੀਗਾ ਉਹਨਾਂ ਦਾ? ਉਹ ਬਾਈ ਕੁਛ ਨਹੀਂ, ਉਹ ਮਾੜਾ ਪਿੱਛੋਂ ਨਟ ਜਿਹਾ ਖੋਲ੍ਹ ਕੇ ਸੈੱਟ ਕਰੇ ਸੀ। ਸੈੱਟ ਕੀ ਕੀਤੀ ਸੀ ਆਪਾਂ ਚੈੱਕ ਲਾ ਕੇ ਹੈ ਨਾ। ਹਾਂ ਬਾਈ। ਅਤੇ ਵਧੀਆ ਚੱਲਦਾ ਉਦੋਂ ਬਾਅਦ? ਮੈਂ ਕਿਹਾ ਬਾਈ ਜਮਾਂ ਆਏ ਥਾਂ 'ਤੇ ਜਾਵਾਂ ਹੁਣ। ਅਤੇ ਕਿੰਨੇ ਰੁਪਏ ਲੱਗਦੇ ਸੀਗੇ? 7500 ਰੁਪਏ ਲੱਗਦੇ ਸੀ ਤੁਹਾਡੇ ਤੋਂ? ਕਿੰਨੇ ਰੁਪਏ ਲਏ ਸੀ? ਮੈਂ 200 ਰੁਪਇਆ ਲਿਆ ਸੀ ਬਾਈ, ਮੈਂ 300 ਯਾਰ ਇਹੋ ਜਿਹਾ ਕੁਛ ਦਿੱਤਾ ਸੀਗਾ। 7000 ਰੁਪਇਆ ਬਚ ਗਿਆ ਹੈ ਨਾ। ਹਾਂ 7000। ਜਿਹੜੇ ਨਵੇਂ ਬੰਦੇ ਆਪਣੇ ਕੋਲ ਮੰਨ ਲਓ ਵੀ ਪਹਿਲੀ ਵਾਰੀ ਆਉਣ ਨੂੰ ਕਹਿੰਦੇ ਹੈ ਨਾ। ਹਾਂ ਬਾਈ। ਕਈ ਵਾਰੀ ਬੰਦੇ ਨੂੰ ਆਇਆ ਹੁੰਦਾ, ਨਵੇਂ ਬੰਦੇ ਨੂੰ ਆਇਆ ਹੁੰਦਾ ਯਾਰ ਮਿਸਤਰੀ ਠੱਗੀ ਨਾ ਮਾਰ ਜੇ ਯਾਰ ਪਤਾ ਨਹੀਂ ਕਿਹਾ। ਮੰਨ ਲਓ ਮੈਂ ਤੁਹਾਡੇ ਤੋਂ 7500 ਰੁਪਇਆ ਵੀ ਲੈ ਲੈਂਦਾ ਹੈ ਨਾ, 2 ਦਿਨ ਟਰੈਕਟਰ ਖਲਿਆਰੀ ਰੱਖਦਾ। ਖਲਿਆਰੀ ਰੱਖ, ਸਹੀ ਗੱਲ ਹੈ। ਮੈਨੂੰ ਵੀ ਪਤਾ ਲੱਗਣਾ ਸੀ ਕੀ ਹੈ ਕੀ ਨਹੀਂ ਹੈ। ਬਹੁਤ ਵਾਰ ਨਟ ਖੋਲ ਕੇ ਦੁਬਾਰੇ ਕਹਾ ਦਿੰਦੇ। ਹਾਂ ਨਟ ਖੋਲ, ਸਹੀ ਗੱਲ। ਤੇ ਸੰਤੁਸ਼ਟੀ ਆ ਮਨ ਨੂੰ? ਮੈਂ ਜਮਾਂ ਬਾਈ ਫੇਰ ਹੀ ਤੇਰੇ ਕੋਲ ਆਉਣ ਲੱਗਾ। ਉਦੋਂ ਪਹਿਲਾਂ ਮੈਂ ਵੀਡੀਓ ਵੇਖ ਕੇ ਆਇਆ ਸੀ ਬਾਈ, ਪਹਿਲਾਂ ਮੈਨੂੰ ਜਮਾਂ ਗਵਾਂਢ 'ਚ ਬੈਠਾ ਸੀ, ਮੈਨੂੰ ਪਤਾ ਹੀ ਨਹੀਂ ਸੀ ਤੇਰਾ। ਠੀਕ ਆ ਬਾਈ, ਠੀਕ। ਹਾਂ ਮੈਂ ਵੀਡੀਓ ਵੇਖੀ ਸੀ ਬਾਈ, ਉਸ ਤੋਂ ਬਾਅਦ ਮਨ ਲੱਗ ਗਿਆ ਵੇਖ ਲਾ ਬਾਈ ਅੱਜ ਫੇਰ ਬਾਦਸ਼ਾਹ ਕਰਾਉਣ ਲੱਗ। ਠੀਕ ਹੈ ਠੀਕ ਹੈ ਠੀਕ ਹੈ। ਚਲੋ ਵੀ ਦੋਸਤੋ, ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨੀ ਨਾ ਭੁੱਲਿਓ। ਕੰਟੈਕਟ ਨੰਬਰ ਆਪਣਾ 98147537 5596 94 7962। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ।